ਜਿਵੇਂ ਸੈਰ ਇ ਲੈਕ ਦਾ ਕੇਸ ਆਇਆ ਸੀ 슈ગર ਪਾਈ ਗਈ ਸੀ ਉਹਦੇ ਵਿੱਚ ਤੇ ਬੱਚਿਆਂ ਲਈ 슈ગર ਦੀ ਮਾਤਰਾ ਜਿੰਨੀ ਚਾਹੀਦੀ ਉਸ ਤੋਂ ਜ਼ਿਆਦਾ ਸੀ ਉਹਦੇ ਵਿੱਚ ਤੇ ਉਹਨੂੰ ਮਤਲਬ ਕਈ ਜਗ੍ਹਾ ਬੈਨ ਵੀ ਕੀਤਾ ਗਿਆ ਤੇ ਮਤਲਬ ਪੇਰੈਂਟਸ ਹੁਣ ਵੀ ਯੂਜ਼ ਕਰਦੇ ਆ ਬਾਹਰ ਦੇ ਪ੍ਰੋਡਕਟਸ ਬੱਚਿਆਂ ਨੂੰ ਪੋਸ਼ਣ ਦੇਣ ਲਈ ਉਹਨਾਂ ਦੀ ਰਿਪਲੇਸਮੈਂਟ ਕੀ ਹੋ ਸਕਦੀ ਹੈ ਪੇਰੈਂਟਸ ਨੂੰ ਕੀ ਐਵੇਂ ਦਾ ਕਰਨਾ ਚਾਹੀਦਾ ਕਿ ਉਹਵੇਂ ਦੇ ਪ੍ਰੋਡਕਟਸ ਯੂਜ਼ ਹੀ ਨਾ ਕਰਨੇ ਪੈਣ ਦੇਖੋ ਟਿਲ 1 ইয়ার ਆਫ এজ ਇਟ ਇਜ਼ ਵੈਰੀ ਸਿੰਪਲ ਬੱਚੇ ਨੂੰ ਕੋਈ ਸੋਲਟ ਜਾਂ 슈ગર ਐਡੀਸ਼ਨਲੀ ਰਿਕੁਆਇਰਡ ਬਿਲਕੁਲ ਨਹੀਂ ਹੁੰਦਾ ਤੇ ਸਭ ਤੋਂ ਡਬਲ ਸਟੈਂਡਰਡਸ ਵਾਲੀ ਗੱਲ ਕੀਤੀ ਸੀ ਜਦ ਸੈਰਲੈਕ ਦਾ ਸਾਰਾ ਐਪੀਸੋਡ ਸਾਹਮਣੇ ਆਇਆ ਹੈ ਕਿ ਦ ਸੈਰਲੈਕ which is used in india ਬਿਲਕੁਲ ਡਿਫਰੈਂਟ ਹੈ ਟੂ ਦ ਸੈਰਲੈਕ which is used in european countries ਉੱਥੇ ਬਿਕੋਜ਼ ਰੈਗੂਲੇਸ਼ਨਸ ਆਰ ਵੈਰੀ ਸਟਰੋਂਗ ਉੱਥੇ ਜਿਹੜੀ 슈ਗਰ ਦਾ ਕੰਟੈਂਟ ਹੈ ਉਹ ਬਹੁਤ ਘੱਟ ਹੈ ਬਟ ਇੰਡੀਆ 'ਚ ਜਿਹੜਾ ਸੈਰਲੈਕ ਪਾਇਆ ਜਾ ਰਿਹਾ ਹੈ ਉਹਦੇ 'ਚ 슈ਗਰ ਦੀ ਮਾਤਰਾ ਬਹੁਤ ਜ਼ਿਆਦਾ ਹੈ ਨਾ ਹੁੰਦਾ ਕੀ ਹੈ ਜਦ ਅਸੀਂ ਕਿਸੇ ਚੀਜ਼ ਨੂੰ ਸਵਾਦ ਬਣਾਉਣ ਲਈ 슈ਗਰ ਜ਼ਿਆਦਾ ਐਡ ਕਰਾਂਗੇ ਉਹ ਬਹੁਤ ਐਡਿਕਟਿਵ ਬੰਦਾ ਤੁਸੀਂ ਬੱਚੇ ਨੂੰ ਫਸਟ ਟਾਈਮ ਸਰਲੈਕ ਦੇਤਾ ਮਲਟੀਪਲ ਫਲੇਵਰਸ ਹੈ ਵੀਟ ਐਪਲ ਬਨਾਣਾ ਉਹਨਾਂ ਨੂੰ ਬਹੁਤ ਸਵਾਦ ਲੱਗੇਗਾ ਦੇ ਵਿਲ ਉਸ ਤੋਂ ਬਾਅਦ ਜਦ ਉਹਨਾਂ ਨੂੰ ਸਵਾਦ ਲੱਗ ਗਿਆ ਉਹਨਾਂ ਨੇ ਨਾਰਮਲ ਘਰ ਵਾਲੀ ਖਿਚੜੀ ਜਾਂ ਦਲੀਆ ਜਿਹੜਾ ਹੈ ਉਹ ਖਾਣਾ ਬੰਦ ਕਰ ਦੇਣਾ ਥੈਟ ਇਜ਼ ਵਾਈ ਇਟ ਇਜ਼ ਵੈਰੀ ਇੰਪੋਰਟੈਂਟ ਕਿ ਅਸੀਂ ਪੈਕੇਜਡ ਫੂਡ ਨੂੰ ਨਾ ਇਨਕਰੇਜ ਕਰੀਏ ਲੇਬਲ ਜਿਹੜਾ ਫੂਡ ਲੇਬਲ ਹੁੰਦਾ ਉਹਨੂੰ ਅਸੀਂ ਪੜਨਾ ਸ਼ੁਰੂ ਕਰੀਏ ਉਹਨੂੰ ਸਮਝਣਾ ਸ਼ੁਰੂ ਕਰੀਏ ਦੇਖੋ ਸਾਡੇ ਬੱਚੇ ਦੀ ਰਿਸਪੌਂਸਿਬਿਲਟੀ ਸਾਡੀ ਹੈ ਵੀ ਕੈਨ ਨਾਟ ਬਲੇਮ ਦਾ ਗਵਰਨਮੈਂਟ ਕਿ ਉਹ ਰੈਗੂਲੇਸ਼ਨ ਨਹੀਂ ਲਗਾ ਰਹੇ ਇੱਕ ਲੇਬਲ ਅਸੀਂ ਇੰਨਾ ਕੁਝ ਪੜਦੇ ਆ ਅਸੀਂ ਕੋਈ ਵੀ ਪ੍ਰੋਡਕਟ ਖਰੀਦਦੇ ਆ ਅਸੀਂ ਰਿਵਿਊ ਪੜਦੇ ਆ ਅਸੀਂ ਖਾਣ ਬਾਰੇ ਲੇਬਲ ਕਿਉਂ ਨਹੀਂ ਪੜ ਰਹੇ ਐਦਾਂ ਦਾ ਕਿਉਂ ਹੈ ਕਿ ਗਵਰਨਮੈਂਟ ਨੂੰ ਦੱਸਣਾ ਪਿਆ ਕਿ ਭਈ ਸਿਰ ਲੈਕਚਰ 슈ਗਰ ਹੈ ਉਹਨੇ ਤਾਂ ਲਿਖਿਆ ਹੋਇਆ ਹੈ ਪਿੱਛੇ ਪੈਕੇਟ 'ਚ ਮੇਬੀ ਐਸ ਪੇਰੈਂਟਸ ਇਹ ਸਾਨੂੰ ਸਕੂਲ 'ਚ ਨਹੀਂ ਪੜਾਇਆ ਜਾ ਰਿਹਾ ਬਟ ਹੁਣ ਟਾਈਮ ਹੈ ਅਵੇਅਰਨੈਸ ਹੋਰ ਫਤਾਨ ਦਾ ਜਿਵੇਂ ਤੁਸੀਂ ਲੇਬਲ ਦੀ ਗੱਲ ਕਰੀ ਤਾਂ ਲੇਬਲ ਕੋਈ ਨਹੀਂ ਪੜਦਾ ਹੈਗਾ ਸਮਾਨ ਲੈ ਲੈਂਦੇ ਨੇ ਜਿਵੇਂ ਪਟਿਆਲੇ ਦੇ ਵਿੱਚ ਐਕਸਪਾਇਰਡ ਚਾਕਲੇਟ ਦਾ ਕੇਸ ਹੋਇਆ ਤੇ ਕੇਕ ਦਾ ਕੇਸ ਹੋਇਆ ਜਿਸ ਨਾਲ ਬੱਚੀ ਦੀ ਮੌਤ ਵੀ ਹੋ ਗਈ ਤੇ ਲੋਕ ਕਿ ਲੇਬਲ ਨਹੀਂ ਪੜਦੇ ਖਰੀਦ ਲੈਂਦੇ ਨੇ ਬਸ ਸਸਤਾ ਮਿਲਦਾ ਹੈ ਚੱਕ ਲਿਆ ਜਾਂ ਫਿਰ ਬਿਨਾਂ ਦੇਖੇ ਚੱਕ ਲਿਆ ਤਾਂ ਉਹਦੇ ਬਾਰੇ ਅਵੇਅਰਨੈਸ ਕਿਵੇਂ ਆਏਗੀ ਲੋਕਾਂ ਦੇ ਵਿੱਚ ਅਫੇਰਨਸ ਤਾਈ ਆਈ ਗਈ ਕੋਵਿਡ ਇੱਕ ਐਦਾ ਦਾ ਟਾਈਮ ਸੀਗਾ ਜਦ ਉਹਨੇ ਸਿਖਾਇਆ ਕਿ ਯੂ ਕੈਨ ਕੁਕ ਐਟ ਹੋਮ ਮੈਂ ਆਪਣੇ ਜੇ ਘਰ ਦੀ ਗੱਲ ਕਰਾਂ ਅਸੀਂ ਬ੍ਰੈਡ ਖੁਦ ਬਨਾਨੀ ਸਿੱਖੀ ਬਿਕੋਜ਼ ਟਾਈਮ ਸੀਗਾ ਸਾਡੇ ਕੋਲ ਨਾਓ ਕੋਵਿਡ ਖਤਮ ਹੋਇਆ ਅਗੇਨ ਥਿੰਗਸ ਆਰ ਬੈਕ ਟੂ ਫਾਸਟ ਟਰੈਕ ਅ ਅਸੀਂ ਨਾ ਕੰਜ਼ਿਊਮਰਿਜ਼ਮ ਵਿੱਚ ਬਹੁਤ ਜ਼ਿਆਦਾ ਫਸ ਰਹੇ ਹਾਂ ਹੁਣ ਜੋ ਮੈਟੋ ਵਿੱਚ ਡਿਸਕਾਊਂਟ ਆ ਜਾਂਦਾ ਹੈ ਯਾ ਸਵਿਗੀ ਵਿੱਚ ਡਿਸਕਾਊਂਟ ਆ ਜਾਂਦਾ ਹੈ ਕਿ ਓਕੇ ਆਫਟਰ 9 ਪੀਐਮ 100 ਰੁਪੀਸ ਆਫ 200 ਰੁਪੀਸ ਆਫ ਇਹ ਸਾਰੀ ਚੀਜ਼ਾਂ ਸਾਨੂੰ ਅਟਰੈਕਟ ਕਰਦੀ ਹੈ ਐਂਡ ਉਹ ਕਿੰਨਾ ਦੇਰ ਪੁਰਾਣਾ ਪਿਆ ਹੋਇਆ ਹੈ ਮੈਂ ਇਨਫੈਕਸ਼ਨ ਤੋਂ ਵੀ ਨਹੀਂ ਡਰਦਾ ਮੈਂ ਡਰਦਾ ਹਾਂ ਉਹਦੇ ਚ ਜਿਹੜੇ ਆਰਟੀਫੀਸ਼ੀਅਲ ਸਵੀਟਨਰਸ ਆਰਟੀਫੀਸ਼ੀਅਲ ਕਲਰਸ ਐਂਡ ਏਜੈਂਟਸ ਯੂਜ਼ ਹੋ ਰਹੇ ਹਨ ਦੇ ਆਰ ਕੈਂਸਰ ਕਾਜ਼ਿੰਗ ਐਂਡ ਉਹਦਾ ਉਹ ਸਾਇਲੈਂਟ ਕਿਲਰ ਹੈ ਇਹਦਾ ਸਾਨੂੰ ਜਿਹੜਾ ਰਿਜ਼ਲਟ ਹੈ ਇਹ ਮਿਲੇਗਾ ਆਫਟਰ ਮਨੀ ਇਅਰਸ ਵਾਈ ਕੈਂਸਰ ਇਜ਼ ਇਨਕਰੀਜ਼ਿੰਗ ਸੋ ਮਚ ਕੋਈ ਨਾ ਕੋਈ ਤਾਂ ਕਾਰਨ ਹੈ ਕਿੱਥੇ ਅਸੀਂ ਡਾਈਟ ਵਿੱਚ ਗਲਤ ਜਾ ਰਹੇ ਹਾਂ ਐਂਡ ਟਾਈਮ ਆ ਗਿਆ ਹੈ ਸਭ ਨੂੰ ਅਵੇਅਰ ਕਰਨ ਦਾ ਅਵੇਅਰ ਆਪਣੇ ਆਪ ਹੋਣਾ ਪਏਗਾ ਐਦਾਂ ਦਾ ਕੋਈ ਆਈ ਡੋਂਟ ਥਿੰਕ ਕੋਈ ਲਾਅ ਪਾਸ ਹੋ ਜਾਏਗਾ ਜਿਹਦੇ ਨਾਲ ਅਸੀਂ ਫ੍ਰੀ ਹੋ ਜਾਵਾਂਗੇ ਇਹ ਸੋ ਕਾਲਡ ਬੈਡ ਫੂਡਸ ਤੋਂ ਬਟ ਐਜ਼ ਅ ਪੇਰੈਂਟ ਇੱਕ ਸਿੰਪਲ ਜੀ ਚੀਜ਼ ਹੈ ਹਾਊ ਟੂ ਰੀਡ ਅ ਲੇਬਲ ਅੱਜਕੱਲ ਯੂਟਿਊਬ ਤੇ ਇੰਨੇ ਵੀਡੀਓਜ਼ ਹੈ ਅਸੀਂ ਉਹਨੂੰ ਪੜ੍ਹੀਏ ਐਂਡ ਉਹਦੇ ਹਿਸਾਬ ਨਾਲ ਸਭ ਕੁਝ ਕਰੀਏ ਕਿ ਕੁਝ ਬਿਮਾਰੀਆਂ ਐਵੇਂ ਦੀ ਹੁੰਦੀਆਂ ਨੇ ਵੀ ਬਹੁਤ ਟਾਈਮ ਬਾਅਦ ਜਾ ਕੇ ਪਤਾ ਲੱਗਦਾ ਹੈ ਕੋਈ ਸਿੰਪਟਮਸ ਵੀ ਨਹੀਂ ਹੁੰਦੇ ਤੇ ਐਦਾ ਦੀ ਕੰਡੀਸ਼ਨਸ ਦੇ ਵਿੱਚ ਪੇਰੈਂਟਸ ਤੇ ਬੱਚਾ ਕਿਵੇਂ ਮੇਕ ਸ਼ੁਰ ਕਰਕੇ ਉਹ ਹੈਲਦੀ ਹੈ ਇੱਕ ਬਹੁਤ ਹੀ ਕਹਾਵਤ ਹੈ ਮੈਂ ਬਾਰ-ਬਾਰ ਯੂਜ਼ ਕਰਦਾ ਹਾਂ ਹੈਵ ਯੋਰ ਫੂਡ ਲਾਈਕ ਯੋਰ ਮੈਡੀਸਿਨਸ ਔਰ ਯੂ ਵਿਲ ਹੈਵ ਯੋਰ ਮੈਡੀਸਿਨ ਲਾਈਕ ਯੋਰ ਫੂਡ ਸਿੰਪਲ ਜਿਹਾ ਇਹ ਮੁਹਾਵਰਾ ਹੈ ਜੇ ਅਸੀਂ ਆਪਣੇ ਖਾਣੇ ਨੂੰ ਦਵਾਈ ਦੀ ਤਰ੍ਹਾਂ ਲੈਣਾ ਸ਼ੁਰੂ ਕਰਦੀ ਹੈ ਨਾ ਸਾਨੂੰ ਦਵਾਈ ਦੀ ਲੋੜ ਨਹੀਂ ਪਵੇਗੀ ਸਾਨੂੰ ਥੋੜਾ ਬੇਸਿਕਸ ਤੇ ਆਉਣਾ ਪੈਣਾ ਹੈ ਬੇਸਿਕਸ ਕੀ ਹੈ ਚੰਗਾ ਖਾਣਾ ਨੋਨ ਪੈਕੇਜਡ ਫੂਡ ਜਿਹਦੇ ਵਿੱਚ ਪ੍ਰੈਜ਼ਰਵੇਟਿਵਸ ਨਾ ਹੋਣ ਐਂਡ ਏਟਲੀਸਟ ਸਾਡੇ ਅੱਖਾਂ ਦੇ ਸਾਹਮਣੇ ਉਹ ਬਣ ਰਿਹਾ ਹੋਏ ਉਸ ਤੋਂ ਉੱਤੇ ਕੁਝ ਨਹੀਂ ਹੈ ਅਸੀਂ ਐਡਵਾਂਸਮੈਂਟ ਨਹੀਂ ਕਰਨੀ ਜਿਵੇਂ ਮਖਾਨੇ ਇੰਨੀ ਦੇਰ ਤੋਂ ਇੰਡੀਆ ਚ ਚੱਲ ਰਹੇ ਸੀਗੇ ਹੁਣ बिकॉज वेस्ट ਵਿੱਚ ਇੰਨੇ ਪਪੂਲਰ ਹੋ ਗਏ ਇੰਡੀਆ ਚ ਵੀ ਪਪੂਲਰ ਹੋ ਗਏ ਯੋਗਾ ਇਨੀ ਦੇਰ ਤੋਂ ਚੱਲ ਰਿਹਾ ਸੀ ਬਟ ਜਦ ਤੱਕ वेस्ट ਨੇ ਉਹਨੂੰ ਨਹੀਂ ਅਪਣਾਇਆ ਇੰਡੀਆ ਚ ਯੋਗਾ ਨਹੀਂ ਫੇਮਸ ਹੋਇਆ ਸਿਮਿਲਰਲੀ ਸੈਰਲੈਕ ਹੈ ਕਿ ਬੇਸਿਕਲੀ ਦਾਲ ਤੇ ਚਾਵਲ ਦਾ ਪਾਊਡਰਡ ਡਰਾਈਡ ਫਾਰਮ ਹੈ ਨਾਓ ਇੱਥੇ ਤਾਂ ਖਿਚੜੀ ਬੰਦੀ ਹੈ ਹਰ ਘਰ ਚ ਬੰਦੀ ਹੈ ਅਸੀਂ ਸੇਰਲੈਕ ਕਿਉਂ ਲੈ ਰਹੇ ਹਾਂ देयर इज नो ਲੌਜੀਕ ਕਿ ਇੰਡੀਅਨ ਫੈਮਿਲੀ ਨੂੰ ਸੇਰਲੈਕ ਲੈਣਾ ਪਵੇ ਜਦ ਅਸੀਂ ਖਿਚੜੀ ਬਣਾ ਸਕਦੇ ਹਾਂ ਜਸਟ ਬਿਕੋਜ਼ ਉਹਨਾਂ ਦੀ ਐਡਵਰਟਾਈਜ਼ਮੈਂਟ ਐਂਡ ਮਾਰਕੀਟਿੰਗ ਇਨੀ ਸਟਰੋਂਗ ਹੈ ਕਿ ਉਹਨਾਂ ਨੇ ਸਾਡੇ ਦਿਮਾਗ 'ਚ ਪਾਤਾ ਹੈ ਕਿ ਇਹ ਤਾਂ ਕੰਪਲਸਰੀ ਫੂਡ ਹੈ ਬੱਚਿਆਂ ਦਾ 댓 ਇਜ਼ ਵਾਈ ਅਸੀਂ ਉਸ ਟ੍ਰੈਪ ਦੇ ਵਿੱਚ ਜਾ ਰਹੇ ਹਾਂ ਜਿਵੇਂ ਬੋਨਵੀਟਾ ਦੀ ਗੱਲ ਕਰੀਏ ਸਾਡੇ ਟਾਈਮ ਤੇ ਬੋਨਵੀਟਾ ਇੱਕ ਸਭ ਤੋਂ ਵੱਡੀ ਹੈਲਥ ਡਰਿੰਕ ਹੁੰਦੀ ਸੀ ਐਡ 'ਚ ਦਿਖਾਉਂਦੇ ਸੀ ਕਿ ਬੱਚਾ ਵੱਡਾ ਹੋਈ ਜਾ ਰਿਹਾ ਹੈ ਉਹ ਬੋਨਵੀਟਾ ਪੀ ਕੇ ਨਾਓ 댓 ਇਜ਼ 올 ਨੌਨਸੈਂਸ ਹੰਤਾ ਕਹਤਾ ਗਵਰਨਮੈਂਟ ਨੇ ਕਿ ਉਹਨੂੰ ਹੈਲਥ ਡਰਿੰਕ ਨਹੀਂ ਕਹਿ ਸਕਦੇ ਇਟ ਇਜ਼ ਜਸਟ 슈ਗਰ ਨਾਥਿੰਗ ਐਲਸ ਬਟ ਪ੍ਰੋਬਲਮ ਕਿ ਇਹ ਲੇਬਲਿੰਗ ਜਿਵੇਂ ਸਿਗਰਟ ਦੇ ਡੱਬੇ ਦੇ ਉੱਤੇ ਇਨਾ ਵੱਡਾ ਲਿਖਿਆ ਹੁੰਦਾ ਵਰਨਿੰਗ ਸਾਈਨ ਇਨਾ ਤੇ ਵੀ ਵੱਡੇ ਵੱਡੇ ਵਰਨਿੰਗ ਸਾਈਨ ਹੋਣੇ ਚਾਹੀਦੇ ਆ ਵੈਨ ਦੇ ਆਰ ਪੁੱਟਿੰਗ ਟੂ ਮੱਚ ਸੋਲਟ অর 슈ਗਰ ਇਨਟੂ ਦ ਫੂਡ ਸੋ ਜ਼ਰੂਰੀ ਹੈ ਗਵਰਨਮੈਂਟ ਨੂੰ ਲੇਬਲਸ ਨੂੰ ਰੈਗੂਲੇਟ ਕਰਨਾ ਐਂਡ ਐਜ਼ ਅ ਕੰਜ਼ਿਊਮਰ ਸਾਨੂੰ ਲੇਬਲ ਪੜਨਾ ਆਉਣਾ ਚਾਹੀਦਾ